ਲੋ ਮੈਂ ਤੁਸੀਂ ਵਿੱਚੋਂ ਹਲਕਾ ਫੁਲਕਾ ਤੁਰ ਫਿਰ ਰਹੇ ਹੋ, ਮੈਂ ਇੱਕੋ ਬੇਨਤੀ ਕਰਨੀ ਹੈ। ਪੰਜਾਬ ਦੀ ਸ਼ੁੱਧ ਲੋਕ ਗਾਥਾ ਕਿੱਥੇ ਹੈ? ਮਿਰਜ਼ਾ ਸਾਹਿਬਾ, ਮੈਂ ਜ਼ਿਕਰ ਕਰਦਾ ਹੁੰਦਾ ਵੀ ਜਦੋਂ ਉਹਨਾਂ ਨੇ ਮਿਰਜ਼ਾ ਗਾਉਂਦੇ ਨੇ, ਗੱਡੀਆਂ ਹੋਰ ਸੁਣੀਆਂ ਵਿੱਚ ਮਿਰਜ਼ਾ ਯਾਦ ਕਰ ਦੱਸ ਕੋਈ ਗੱਲ ਹੈ? ਪਰ ਪੰਜਾਬ ਦੀਆਂ ਗਲੀਆਂ ਕਦੇ ਸੁਣੀਆਂ ਹੋ ਸਕਦੀਆਂ? ਇਹ ਵੱਖਰੀ ਗੱਲ ਹੈ ਵੀ ਮਿਰਜ਼ਾ ਅੱਜ ਕੱਲ੍ਹ ਕਰਫਿਊ ਦੇ ਨਾਲ ਕਿਤੇ ਗੇੜਾ ਮਾਰਦਾ ਹੋਵੇ। ਅੱਜ ਤਾਂ ਪਤਾ ਲੱਗਿਆ ਲੁਧਿਆਣੇ ਵੀ ਕੰਮ ਹੋ ਗਏ। ਸੋ ਮੈਂ ਮਿਰਜ਼ਾ ਗਾਉਣਾ ਔਰ ਸੁਣਨਾ ਦੋਨੇ ਇੱਕੋ ਜਿਹੀਆਂ ਗੱਲਾਂ ਨੇ। ਮੈਂ ਅਕਸਰ ਕਹਿੰਦਾ ਵੀ ਮਿਰਜ਼ਾ ਲੜਦਾ ਲੜਦਾ ਜਦੋਂ ਮਾਰਿਆ ਗਿਆ ਉਦੋਂ ਵਿਚਾਰਾ ਇੰਨਾ ਔਖਾ ਨਹੀਂ ਨਾ ਹੋਣਾ ਜਿੰਨਾ ਗੁਰਮੋਹ ਨੂੰ ਔਖਾ ਕਰ ਗਿਆ, ਕਿਉਂਕਿ ਬੜੀ ਬੁਲੰਦ ਆਵਾਜ਼ ਦੇ ਵਿੱਚ ਇਹਨਾਂ ਨੇ ਮਿਰਜ਼ਾ ਗਾਉਣਾ। ਔਰ ਮਿਰਜ਼ੇ ਦੇ ਨਾਲ ਕੁਛ ਕੁਛ ਹੋਰ ਸਾਡੇ ਕੁਛ ਹੋਰ ਵਾਇਸ ਵੀ ਨੇ, ਮੈਨੂੰ ਉਮੀਦ ਹੈ ਵੀ ਤੁਸੀਂ ਬਹੁਤ ਪਸੰਦ ਕਰੋਗੇ। ਪਤਾ ਰੱਖ ਪੰਜਾਬ ਦੀ ਉਹ ਸ਼ੁੱਧ ਲੋਕ ਗਾਥਾ ਜਿਸਨੂੰ ਹਰ ਆਸ਼ਿਕ ਹਰ ਮਾਸ਼ੂਕ ਨੇ ਸੁਣਨਾ ਪਸੰਦ ਕੀਤਾ, ਜਿਸਨੇ ਹਿੰਦੁਸਤਾਨ ਦੇ ਪਾਕਿਸਤਾਨ ਦੀ ਸੂਹਾਂ ਟੱਪ ਗਈ, ਬਾਕੀ ਲੋਕਾਂ ਤੱਕ ਵੀ ਆਵਾਜ਼ ਮਿਲ ਗਈ। ਤਾਂ ਪੇਸ਼ ਕਰਨੀ ਹੈ, ਲੇਕਿਨ ਮੈਨੂੰ ਸੁਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ। ਬਹੁਤ ਜ਼ਰੂਰੀ ਹੈ ਕਿ ਜਿਹਨਾਂ ਜਿਹਨਾਂ ਨੇ ਜ਼ਿੰਦਗੀ ਇਸ਼ਕ ਕੀਤਾ ਉਹ ਹੱਥ ਖੜ ਕੇ ਦਿਖਾ ਦਿਓ ਤਾਂ ਕਿ ਪਤਾ ਲੱਗੇ ਕਿ ਜੇ ਤੂੰ ਨਹੀਂ ਕੀਤਾ ਮੈਂ ਕਹਿਣਾ ਚਾਹੁੰਦੀ ਕੀ ਕਰਨਾ ਚਾਹੁੰਦਾ ਨਾ, ਘਬਰਾਉਣਾ ਕਿਉਂ ਹੈ ਨਹੀਂ ਪੇਸ਼ ਕਰ ਰਹੀ ਹਾਂ। ਕੇ
ਸੁਨੇਹਾ ਮਿਲਦਾ ਹੈ। ਮਿਰਜ਼ਾ ਬੱਚੀ ਸ਼ਿਕਾਰ ਦੇ ਘਰੋਂ ਜਾਣ ਲੱਗਦਾ ਹੈ। ਮਿਰਜ਼ੇ ਦੀ ਵੱਡੀ ਭਾਬੀ ਮਿਰਜ਼ੇ ਨੂੰ ਕਹਿੰਦੀ, ਮਿਰਜ਼ਾ ਨਾ ਜਾ, ਸਾਹਿਬਾਂ ਦੇ ਵੀਰ ਤੈਨੂੰ ਕਤਲ ਕਰ ਦੇਣਗੇ। ਮਿਰਜ਼ਾ ਨਹੀਂ ਮੰਨਦਾ। Hey, Mr. Barricade!
सॉरी आई एम सॉरी जेडे बंदे किसी की बुक में नहीं बैठे ना वो मेरे को नहीं जानते जिन्हें मैं कभी किसी की बुक में बैठे ही नहीं ना कभी उन्होंने किसी ने बिठाया है उन्होंने मिर्जा समझ नहीं आना फिर मैं तो रिमोट पर आई थी पता नहीं की जाए भाई समझ आएगी जरा निकी कौन सी I'm
ਜਵਾਬ ਦੇਣ ਵਾਲਾ ਬੰਦਾ ਬੜਾ ਖਤਰਨਾਕ ਸੀ ਤੁਹਾਡੇ ਵਰਗਾ। ਜਵਾਬ ਦਿੱਤਾ ਕਹਿੰਦਾ शेयर कर रही है। हाँ रब दी बाई गण ਚਲਾ ਗਿਆ ਸੀ ਭਾਈ। ਅੱਛਾ ਆ ਜਾ ਮਰ ਜਾਣੇ ਆ।
ਕੈਨੇਡਾ ਘੁੰਮ ਰਿਹਾ, ਅਮਰੀਕਾ ਘੁੰਮ ਰਿਹਾ, ਕਿੱਥੇ ਰਿਹਾ ਪੁੱਤ ਤੋਂ? ਚੰਗੇ ਭਲੇ ਅਮਰੀਕਾ ਬੈਠੇ ਸੀ, ਮਰ ਗਏ ਆ, ਉੱਥੇ ਕੀ ਨੂੰ ਜਾਣੇ ਖੇ ਖਾ ਗਿਆ ਸੀਗਾ। ਮੈਨੂੰ ਪਤਾ ਇਹ ਸਾਡਾ ਆਪਣੇ ਜੀ ਚੰਗਾ ਲੱਗਣਾ ਹੀ। ਚਲੋ ਵਧੀਆ ਗੱਲ ਹੈ। ਮਾਈ ਮੋੜੋ ਮੇਰੀ ਤਨਖਾਹ ਨੀ ਵਰਤੀ ਚੰਗੀ ਗੱਲ ਹੈ। ਆਪਣੇ ਪਿੰਡ ਦਾ ਜਿਹੜਾ ਦੌਲਾ ਹੈ ਨਾ, ਆਪਣੀ ਭਾਬੀ ਤੇ ਚਾਦਰ ਪਾਲੀ ਚਾਦਰ ਮਾਈ ਮੋੜ ਜੇ ਮੈਨੂੰ ਤੁਹਾਡੇ ਦੇ ਵਿੱਚ ਪਾਉਣਾ ਪੈ ਜਾਵੇ ਮੈਨੂੰ ਤਰਪਾਲ ਹੀ ਪਾਉਣੀ ਪੈਣੀ। ਮਾਈ ਮੋੜੋ ਇਹ ਚੱਦਰ ਦਾ ਰੌਲਾ ਸਾਰੇ ਮੁਹੱਲੇ ਚ ਹੈ ਜੀ। ਮੈਂ ਤਾਂ ਕਦੇ ਦੇਖੀ ਨੀ, ਰੋਜ਼ ਉਹਨਾਂ ਦੇ ਘਰ ਜਾਂਦਾ। ਮੈਂ ਕੱਢ ਵੀ ਗਿਆ ਚੱਦਰ ਦਾ ਤਾਂ ਨੌ ਨਿਸ਼ਾਨ ਨੀ। ਮੈਂ ਜਦੋਂ ਵੀ ਗਿਆ ਦੋਨੇ ਖੇਡ ਲਈ ਗਏ। ਸਾਡੇ ਹੋਰ ਪਾਕਿਸਤਾਨੀ ਭਰਾ ਵੀ ਬੈਠੇ ਨੇ, ਬੜੇ ਲੁਤਫ ਪਾ ਰਹੇ ਹੈ। ਸ਼ਿਵ ਕੁਮਾਰ ਗਟਾਲ ਜੀ ਦਾ ਵੀ ਸੁਣਾਉਣਾ ਹੈ, ਪੂਰਨ ਵੀ ਸੁਣਾਉਣਾ ਕਰ ਰਹੇ ਸੀ। ਲਓ ਹੁਣ ਤੁਹਾਡੇ ਮਨ ਚਾਹੇ ਕਲਾਕਾਰ ਮਿੱਤਰ ਜੀ ਪਾਸੇ ਜਲਵਾ ਕਰ ਰਹੇ ਨੇ। ਉਸ ਤੋਂ ਬਾਅਦ ਮੈਂ ਜੀ ਮੋਹਨ ਜੀ ਆਪਣੇ